ਇੱਕ ਬੇਨਤੀ ਹੈ ਕਿ ਗਰਮੀ ਬਹੁਤ ਹੈ, ਸਭ ਨੂੰ ਪਤਾ, ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ, ਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ, ਵੱਡੇ ਕੂਲਰ, ਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਵਿੱਚ ਇੱਕ ਕੂਲਰ ਆਉਂਦਾ, ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਕੋਈ ਕਰਨੀ ਚਾਹੇ, ਸਕੈਨ ਕੋਡ ਚੱਲਦੇ ਆ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ, ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ ਤਾਂ ਜੋ ਰਸੀਦ ਸਤਿਕਾਰ ਤੁਹਾਨੂੰ ਭੇਜਿਆ ਜਾਵੇ। ਕਈ ਵਾਰੀ QR ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ, 1000 ਰੁਪਏ ਤੋਂ ਵੱਧ ਨਹੀਂ ਪੈਂਦੀ। ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ, ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ, ਉਹ ਤੁਹਾਨੂੰ ਉਹ ਜਿਹੜਾ ਸਕੈਨ 25 ਵਾਰੀ ਕਰਨਾ ਪੈਣਾ ਹੈ, 2 ਮਿੰਟ ਦਾ ਕੰਮ, 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ ਜੋ QR ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ। ਤੇ ਕੋਈ ਪ੍ਰੇਮੀ ਇੱਕ ਕੂਲਰ ਦੀ 2 ਕੂਲਰਾਂ ਦੀ ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ, ਉਹਨਾਂ 'ਚ ਪਾ ਦਿਓ। ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ, ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ, ਜਿਵੇਂ ਤੁਹਾਡਾ ਦਿਲ ਕਰੇ ਅੱਜ ਭਾਵੇਂ ਕੱਲ੍ਹ, ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ, ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ, ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ। ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ, ਇਹ ਤਾਂ ਬਾਬਾ ਜਾਣਦਾ। ਆਖੋ ਧੰਨ ਬਾਬਾ, ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ, ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡਿਆਲੇ ਦੀ ਲੱਗ ਜਾਣੀ। ਅਤੇ ਇਹ ਮੇਰੀ ਬੇਨਤੀ, ਪ੍ਰਮਾਣ ਜ਼ਰੂਰ ਕਰਿਓ, ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ, ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਇੱਕ ਤਾਂ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ, ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਬੰਗਲਾ ਸਾਹਿਬ 9ਵੀਂ ਪਾਤਸ਼ਾਹੀ ਦੇ ਪਾਵਨ ਪਵਿੱਤਰ ਅਸਥਾਨ ਰੋਹਤਕ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ ਹੈ।
ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਦਾ ਨਿੱਕ ਮਾਣ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਸੰਗਤਾਂ ਜੁੜੀਆਂ ਜੁੜ ਗਈਆਂ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ ਹਾਂ। ਮੇਰਾ ਡੇਕਿਆ ਹੋਇਆ ਮੱਥਾ ਕਰੋ ਪਰਵਾਹ ਨਾ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਲਾਈਵ ਜੁੜੇ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕੇ ਹੈ। ਬਚਨ ਮੰਨੋ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ, ਟੁੱਟਿਆਂ ਨੂੰ ਜੋੜੋ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਿੱਚ ਪ੍ਰਾਪਤ ਕਰੋ, ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਪਿਤਾ ਦੇ ਚਰਨਾਂ ਦੇ ਨਾਲ ਜੋੜੋ। ਆਓ ਗੁਰੂ ਮੇਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ, ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਪਿਤਾ ਚੌਪੜਾ ਮਾਰ ਕੇ ਬੈਠੇ ਅਤੇ ਸਾਰੀ ਸੰਗਤ ਪਹਿਲੇ ਕੁਝ ਕਮੈਂਟ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ, ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜਿਹੀਆਂ ਵਡਿਆਈਆਂ ਉਹ ਆਪ ਹੀ ਸਿਰ 'ਤੇ ਹੱਥ ਰੱਖ ਕੇ ਕਰਾਉਣ, ਸੇਵਾ ਲੈਣ, ਸਾਰੀ ਸੰਗਤ ਕਿਰਪਾ ਕਰਿਓ। ਔਰ ਜਿਹਨਾਂ ਨੇ ਵੀ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਬਚਨ ਮੰਨੋ ਜ਼ਰੂਰ ਕਰ ਲਓ, ਤਾਂ ਜੋ ਰੋਜ਼ਾਨਾ ਦੇ ਕੀਰਤਨ ਦੇ ਲਿੰਕ ਤੁਹਾਡੇ ਤੱਕ ਪਹਿਲੇ ਪਹੁੰਚਿਆ ਕਰਨ, ਪ੍ਰਚਾਰ ਪ੍ਰਸਾਰ ਵਿੱਚ ਹੋਰ ਵਾਧਾ ਹੋ ਸਕੇ। ਆਓ ਜੀ ਜੁੜੇ ਪਿਆਰ ਨਾਲ ਸਾਰੇ ਸਤਿ ਨਾ
ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ
ਪੀਰ ਸੱਚ ਨਾਨਕ ਹੋਸੀ ਪੀਰ ਸੱਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਸਾਰਿਆਂ ਨੂੰ ਜੀ, ਧੰਨ ਬਾਬਾ ਦੀਪ ਸਿੰਘ ਜੀ, ਜਿਹੜੀਆਂ ਰੋਜ਼ ਅਸੀਂ ਦੋ ਤਿੰਨ ਬੇਨਤੀਆਂ ਕਰਦੇ ਹਾਂ ਉਹ ਕਰਕੇ ਫਿਰ ਸ਼ਬਦ ਪੜਾਂਗੇ। ਪਰਿਵਾਰਕ ਮੈਂਬਰ ਇਸ ਅਸਥਾਨ 'ਤੇ ਪਹੁੰਚੇ ਨੇ, ਪਹੁੰਚ ਰਹੇ ਨੇ, ਅੰਦਰ ਹੁਣ ਬਹਿਣ ਦੀ ਥਾਂ ਨਹੀਂ, ਔਰ ਜਿੱਥੇ ਵੀ ਜਗ੍ਹਾ ਮਿਲੇ ਆਨੰਦ ਲੈਣਾ। ਇੱਥੇ ਵੀ ਜੇ ਹੋ ਸਕੇ ਕੁੱਟ ਉਠਾਓ ਅਤੇ ਸੰਗਤ ਨੂੰ ਬਿਠਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ, ਔਰ ਵੇਖੋ ਕਿੱਡਾ ਵੱਡਾ ਬਖਸ਼ਿਸ਼ਾਂ ਦਾ ਦਿਨ। ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ, ਔਰ ਉਹ ਦਿਨ ਜਿਹਦੇ ਬਾਬਤ ਬਾਬਾ ਆਨੰਦ ਸਿੰਘ ਸਾਹਿਬ ਬਚਨ ਕਰਦੇ ਸੀ, ਕਹਿੰਦੇ ਜਿਸ ਦਿਨ ਗੁਰੂ ਪਿਤਾ ਦੇ ਆਗਮਨ ਪੁਰਬ ਦਾ ਦਿਨ ਹੋਵੇ ਉਸ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜਾਵੇ ਨਾ ਉਹ ਵੀ ਨਰਕਾਂ ਨੂੰ ਨਹੀਂ ਜਾਂਦਾ। ਅੱਜ ਦੇ ਦਿਨ ਦਰਗਾਹ ਦੇ ਬੂਹੇ ਖੁੱਲ੍ਹੇ ਹੋਏ ਨੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬੜਾ ਵੱਡਾ ਦਿਨ ਤੇ ਅੱਜ ਖੁਸ਼ੀਆਂ ਲੁੱਟ ਕੇ ਜਾਣੀਆਂ ਖੁਸ਼ੀਆਂ, ਔਰ ਜਿਹੜੀਆਂ ਬੇਨਤੀਆਂ ਆਪਾਂ ਕਰਦੇ ਹਾਂ ਰੋਜ਼ਾਨਾ ਜਿਹੜੇ ਤੁਸੀਂ ਸੁਣਦੇ ਹੋ 3 ਤੋਂ 4 11 10 ਤੋਂ 11 ਪੀਟੀਸੀ ਸਿਮਰਨ ਤੇ ਨਵੇੜੇ ਮੈਂ ਤੁਹਾਡੇ ਘਰਾਂ 'ਚ ਰੋਜ਼ ਆਉਂਦਾ। ਜਿਹੜੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਤਾ ਹੈ ਜਦੋਂ ਦੀਆਂ ਇਹ ਮੈਂ ਬੇਨਤੀਆਂ ਸ਼ੁਰੂ ਕਰਨੀਆਂ ਸ਼ੁਰੂ ਕੀਤੀਆਂ ਨੇ, ਜਦੋਂ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਬੇਨਤੀਆਂ ਉਦੋਂ ਦਾ ਇੰਨਾ ਬਦਲਾਵ ਆ ਰਿਹਾ, ਵੱਡੇ ਤੇ ਬਦਲ ਰਹੇ ਨੇ, ਨੌਜਵਾਨ ਪੀੜ੍ਹੀ ਬੜੀ ਜੁੜ ਰਹੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਵੀ ਮੈਂ ਵੇਖ ਰਿਹਾ ਕਿੰਨੇ ਨੌਜਵਾਨ ਬੱਚੇ ਬੱਚੀਆਂ, ਆਹ ਨੌਜਵਾਨ ਵੀਰ ਨਵੀਂ ਪਨੀਰੀ ਬੈਠੀ ਹੈ ਸਾਡੇ, ਇਹ ਜਿਹੜੇ ਜਿਹੜੇ 3-4 ਦੁਪਹਿਰੀ ਜੁੜਦੇ ਹੋ ਜਾਂ ਰਾਤੀ 10-11 ਜੁੜਦੇ ਉਹਨਾਂ ਨੂੰ ਪਤਾ ਹੈ ਜਦੋਂ ਦੀਆਂ ਬੇਨਤੀਆਂ ਸ਼ੁਰੂ ਹੋਈਆਂ ਤੁਹਾਡੇ ਡਿੱਗਦੇ ਹੋਏ ਮਨਾਂ ਨੂੰ ਹੋੜਾ ਮਿਲਣ ਲੱਗ ਪਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਕਈਆਂ ਦੇ ਡੁੱਬਦੇ ਹੋਏ ਮਨਾਂ ਨੂੰ ਨਾ ਇੱਕ ਸਹਾਰਾ ਮਿਲਣ ਲੱਗ ਪਿਆ, ਸਹਾਰਾ। ਉਹ ਬੇਨਤੀਆਂ ਦੋ ਮੈਂ ਕਰਨੀਆਂ, ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣੋ। ਇੱਕ ਮਹਾਂਪੁਰਖ, ਉਹਨਾਂ ਦੀ ਰੁਟੀਨ ਸੀ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਜਾ ਕੇ ਪ੍ਰਚਾਰ ਕਰਨ ਨਾਲ ਸੰਸਾਂ ਨੂੰ ਜੋੜਨਾ। ਆਪਣੀ ਰੁਟੀਨ ਮੁਤਾਬਕ ਇੱਕ ਪਿੰਡ ਦੇ ਵਿੱਚ ਗਏ ਤੇ ਇੱਕ ਇਹਨਾਂ ਦਾ ਚੇਲਾ ਇਹਨਾਂ ਦੇ ਨਾਲ ਹੁੰਦਾ ਸੀ, ਸਮਝਾਉਣ ਲਈ ਦ੍ਰਿਸ਼ਟਾਂ ਤੇ ਸੁਣਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਇੱਕ ਇੱਕ ਪਿੰਡ ਦੇ ਵਿੱਚ ਮਹਾਂਪੁਰਖ ਜਾ ਕੇ ਬੈਠੇ, ਕੁਝ ਦਿਨਾਂ ਦੇ ਬਾਅਦ ਪਿੰਡ ਵਾਲੇ ਆਪਣੀਆਂ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗ ਪਏ। ਮਹਾਂਪੁਰਖ ਘਰ 'ਚ ਆ ਪ੍ਰੋਬਲਮ, ਨਾਮ ਜਪਣ ਵਾਲੇ ਕੋਲ ਸਾਰੇ ਜਾਂਦੇ ਹੁੰਦੇ, ਕੋਈ ਕਰਨੀ ਕਮਾਈ ਵਾਲਾ ਉਹਦੇ ਅੱਗੇ ਜਾ ਕੇ ਦਿਲ ਦੀਆਂ ਗੱਲਾਂ ਅਸੀਂ ਕਰਦੇ ਹਾਂ। ਇਹ ਰੁਟੀਨ ਸ਼ੁਰੂ ਦੀ ਹੈ, ਹੁਣ ਵੀ ਸੰਸਾਂ ਕਰਦੀਆਂ ਨੇ, ਕਰਨੀਆਂ ਵੀ ਚਾਹੀਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਇੱਕ ਮੇਰੀ ਬੇਨਤੀ, ਜਿੱਥੇ ਆਪਣੀਆਂ ਘਰ ਦੀਆਂ ਸਮੱਸਿਆਵਾਂ ਦੀਆਂ ਗੱਲਾਂ ਕਰਦੇ ਹੋ ਨਾ, ਕੋਈ ਪ੍ਰੋਬਲਮ ਆ ਜੇ ਉਹਦੀਆਂ ਗੱਲਾਂ ਕਰਦੇ ਹੋ ਨਾ, ਇੱਕ ਪੌੜੀ ਹੋਰ ਚੜ੍ਹ ਜਾਓ। ਹੋਰ ਪਤਾ ਕਿਹੜੀ? ਪੁੱਛੋ ਸੰਤ ਮੇਰੋ ਠਾਕੁਰ ਕੈਸਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖ ਕੋਲ ਆਪਣੀਆਂ ਸਮੱਸਿਆਵਾਂ ਲਿਜਾਣ ਦੀ ਜਗ੍ਹਾ ਤੇ ਕਦੀ ਕਦਾਈ ਵੀ ਪੁੱਛਿਆ ਕਰੋ ਜੀ, ਦੱਸੋ ਜਿਹੜੇ ਰੱਬ ਨਾਲ ਤੁਸੀਂ ਅਭੇਦ ਹੁੰਦੇ ਹੋ ਕਿਹੋ ਜਿਹਾ ਲੱਗਦਾ ਹੈ?
ਉਹਦੇ ਨਾਲ ਜੁੜਨਾ ਕਿਵੇਂ, ਉਹਦੀ ਖੁਸ਼ੀ ਸਾਡੀ ਝੋਲੀ ਚ ਕਿਵੇਂ ਪਵੇ। ਸੁਣਿਓ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਮਹਾਂਪੁਰਖ ਬੈਠੇ ਉਸ ਪਿੰਡ ਦੇ ਵਿੱਚ, ਕੁਝ ਦਿਨਾਂ ਦੇ ਬਾਅਦ ਨਾਲ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗ ਪਏ ਮਹਾਂਪੁਰਖਾਂ ਦੇ ਕੋਲ, ਤੇ ਮਹਾਂਪੁਰਖ ਸਭ ਨੂੰ ਨਾਮ ਨਾਲ ਜੋੜਨ ਲੱਗ ਪਏ। ਬੰਦਗੀ ਨਾ ਬੈਠੀ, ਏਦਾਂ ਅੰਮ੍ਰਿਤ ਵੇਲੇ ਉੱਠਿਆ ਕਰੋ, ਏਦਾਂ ਸਿਮਰਨ ਵਰਿਆ ਕਰੋ, ਆਪੇ ਪਰਮੇਸ਼ਰ ਕਿਰਪਾ ਕਰੇ। ਦਿਨੋਂ ਦਿਨ ਉਹ ਮਹਾਂਪੁਰਸ਼ਾਂ ਦੀ ਜਿਹੜੀ ਵਡਿਆਈ ਸੀ ਸਾਰੇ ਇਲਾਕੇ ਦੇ ਵਿੱਚ ਫੈਲ ਗਈ, ਸਾਰੇ ਇਲਾਕੇ ਵਿੱਚ ਬੜੀ ਚੜ੍ਹਦੀ ਕਲਾ ਹੋ ਗਈ ਮਹਾਂਪੁਰਸ਼ਾਂ ਦੀ। ਤੇ ਰੋਜ਼ ਸਵੇਰੇ ਸ਼ਾਮ ਮਹਾਂਪੁਰਖਾਂ ਨੇ ਪ੍ਰਵਚਨ ਕਰਨੇ ਸ਼ੁਰੂ ਕਰਤੇ, ਤੇ ਪ੍ਰਵਚਨਾਂ ਨੂੰ ਸੁਣਨ ਵਾਸਤੇ ਕਈ ਕਈ ਮੀਲਾਂ ਤੋਂ ਲੋਕ ਆਉਣ ਲੱਗ ਪਏ। ਮਹਾਂਪੁਰਖ ਜਦੋਂ ਬੋਲਦੇ ਨੇ ਆਨੰਦ ਬੜਾ ਹੁੰਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮਹਾਂਪੁਰਖਾਂ ਦੀ ਪ੍ਰਸਿੱਧੀ ਨੂੰ ਵੇਖ ਕੇ ਨਾ ਜਿਹੜਾ ਉਸ ਪਿੰਡ ਦਾ ਪੁਜਾਰੀ ਸੀ ਨਾ, ਉਹ ਸੜਨ ਲੱਗ ਪਿਆ। ਉਹਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਕੱਲ ਦੇ ਆਏ ਇਸ ਨਗਰ ਵਿੱਚ ਸਾਰੇ ਲੋਕ ਇਹਨਾਂ ਵੱਲ ਜਾਣ ਲੱਗ ਪਏ ਨੇ, ਮੇਰੇ ਵੀ ਕਈ ਚੇਲੇ ਇਹਨਾਂ ਵੱਲ ਜਾਣ ਲੱਗ ਪਏ ਨੇ, ਮੇਰੀ ਜਿਹੜੀ ਪ੍ਰਸਿੱਧੀ ਉਹ ਘਟਣ ਲੱਗ ਪਈ, ਇਹਨਾਂ ਦੀ ਵੱਧਦੀ ਜਾ ਰਹੀ। ਤੇ ਹੁਣ ਪਿਆਰਿਓ ਕੀਤਾ ਕੀ, ਪੁਜਾਰੀ ਨੇ ਆਪਣੇ ਅੰਦਰ ਜਲਨ ਰੱਖ ਲਈ, ਤੇ ਜਲਨ ਦੇ ਕਰਕੇ ਮਹਾਂਪੁਰਸ਼ਾਂ ਨੂੰ ਆਪਣਾ ਦੁਸ਼ਮਣ ਸਮਝਣਾ ਸ਼ੁਰੂ ਕਰਤਾ। ਉਹਨਾਂ ਅੰਦਰ ਕੋਈ ਵੈਰ ਨਹੀਂ, ਪਰ ਪੁਜਾਰੀ ਨੇ ਜਲਨ ਕਰਕੇ ਮਹਾਂਪੁਰਸ਼ਾਂ ਨੂੰ ਆਪਣਾ ਦੁਸ਼ਮਣ ਸਮਝਣਾ ਸ਼ੁਰੂ ਕਰਤਾ। ਤੇ ਉਹਨਾਂ ਦੀ ਛਵੀ ਨੂੰ, ਉਹਨਾਂ ਦੀ ਜਿਹੜੀ ਚੀਜ਼ ਹੈ, ਉਹਨਾਂ ਦੀ ਪ੍ਰਸਿੱਧੀ ਨੂੰ ਘਟਾਉਣ ਵਾਸਤੇ, ਉਹਨਾਂ ਦੀ ਛਵੀ ਖਰਾਬ ਕਰਨ ਵਾਸਤੇ ਨੇਤਾ ਪ੍ਰਤੀ ਕੋਈ ਨਾ ਕੋਈ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰਤੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚੀ ਗੱਲ ਹੈ, ਜਦੋਂ ਬੰਦਾ ਕਿਸੇ ਦਾ ਮੁਕਾਬਲਾ ਨਹੀਂ ਨਾ ਕਰ ਪਾਉਂਦਾ, ਫਿਰ ਉਹਦੀ ਨਿੰਦਿਆ ਕਰਨ ਲੱਗ ਪੈਂਦਾ। ਜਦੋਂ ਉਹਦਾ ਮੁਕਾਬਲਾ ਨਾ ਹੋਵੇ ਫਿਰ ਨਿੰਦਿਆ ਕਰਨ ਲੱਗ ਪੈਂਦਾ, ਅੱਛਾ ਉਹ ਤੇ ਹੈ ਹੀ ਇਹੋ ਜਿਹਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਸੰਤ ਨਹੀਂ ਇਹ ਤੇ ਪਖੰਡੀ ਹੈ, ਇਹਦੇ ਕੋਲ ਨਾ ਜਾਇਆ ਕਰੋ, ਇਹ ਲੋਕਾਂ ਨੂੰ ਮੂਰਖ ਬਣਾਉਂਦਾ ਹੈ। ਪੁਜਾਰੀ ਦੇ ਕੁਝ ਸਾਥੀ ਵੀ ਪੁਜਾਰੀ ਦੇ ਨਾਲ ਲੱਗ ਕੇ ਨਾ ਇਹੋ ਹੀ ਕੰਮ ਕਰਨ ਲੱਗ ਪਏ। ਦਿਨੇ ਰਾਤ ਆਪਣੀ ਤਰੱਕੀ ਵੱਲ ਧਿਆਨ ਨਹੀਂ ਉਹਨਾਂ ਦਾ, ਧਿਆਨ ਕੀ ਹੈ ਕਿ ਜਿਹੜਾ ਤਰੱਕੀ ਕਰ ਰਿਹਾ ਉਹਦੀ ਤਰੱਕੀ ਰੋਕਣੀ ਕਿਵੇਂ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੀ ਤਰੱਕੀ ਵੱਲ ਧਿਆਨ ਨਹੀਂ, ਅਸੀਂ ਇਹੋ ਜਿਹੇ ਕੰਮ ਕਰੀਏ ਜਿਨ੍ਹਾਂ ਕੰਮਾਂ ਦੇ ਨਾਲ ਪਰਮੇਸ਼ਰ ਸਾਨੂੰ ਵੀ ਵਡਿਆਈ ਦੇ ਦੇ। ਧਿਆਨ ਕਿਹੜੀ ਚੀਜ਼ ਵੱਲ ਲਾਤਾ ਕਿ ਜਿਹੜੀ ਇਹਦੀ ਪ੍ਰਸਿੱਧੀ, ਇਹਦੀ ਪ੍ਰਸਿੱਧੀ ਖਤਮ ਕਰਨੀ ਹੈ। ਦਿਨੇ ਰਾਤ ਇਹਦੇ ਸਾਥੀ ਵੀ ਪੁਜਾਰੀ ਦੇ ਨਾਲ ਇਹ ਵੀ ਮਹਾਂਪੁਰਖਾਂ ਦੀ ਛਵੀ ਖਰਾਬ ਕਰਨ ਤੇ ਲੱਗਿਆ। ਇੱਕ ਦਿਨ ਮਹਾਂਪੁਰਖਾਂ ਦਾ ਇੱਕ ਸੇਵਾਦਾਰ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿੰਡ ਦੇ ਵਿੱਚ ਗਿਆ ਤੇ ਆਪਣੇ ਗੁਰੂ ਦੀ ਵਡਿਆਈ ਨੂੰ ਸੁਣ ਕੇ ਨਾ ਬੜਾ ਕ੍ਰੋਧਿਤ ਹੋਇਆ, ਕ੍ਰੋਧਿਤ ਆਪਣੇ ਗੁਰੂ ਦੀ ਵਡਿਆਈ, ਆਪਣੇ ਗੁਰੂ ਦੀ ਨਿੰਦਿਆ ਨੂੰ ਸੁਣ ਕੇ, ਸੁਣਿਆ ਆਪਣੇ ਗੁਰੂ ਦੀ ਵਡਿਆਈ ਨੂੰ ਸੁਣ ਕੇ, ਉਹਦੀ ਨਿੰਦਿਆ ਨੂੰ ਸੁਣ ਕੇ ਬੜਾ ਕ੍ਰੋਧਿਤ ਹੋਇਆ। ਤੇ ਉਸੇ ਵੇਲੇ ਆਪਣੇ ਗੁਰੂ ਕੋਲ ਪਹੁੰਚਿਆ ਤੇ ਸਾਰੀ ਗੱਲ ਦੱਸੀ, ਜੀ ਇੱਦਾਂ ਇੱਦਾਂ ਤੁਹਾਡੇ ਬਾਰੇ ਬੜੀਆਂ ਅਫਵਾਹਾਂ ਫੈਲ ਰਹੀਆਂ ਨੇ, ਪੁਜਾਰੀ ਅਫਵਾਹਾਂ ਫੈਲਾ ਰਿਹਾ ਕਿ ਤੁਸੀਂ ਪਖੰਡੀ ਹੋ, ਸਾਰੀਆਂ ਗੱਲਾਂ ਦੱਸੀਆਂ। ਤੇ ਉਸ ਵੇਲੇ ਨਾ ਮਹਾਂਪੁਰਸ਼ ਪਤਾ ਕੀ ਕਹਿੰਦੇ, ਕਹਿਣ ਲੱਗੇ ਕਿ ਇਹਨਾਂ ਗੱਲਾਂ ਵੱਲ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜੇ ਅਸੀਂ ਪੰਡਤ ਦੇ ਨਾਲ ਵਾਦ ਵਿਵਾਦ ਵੀ ਕਰਾਂਗੇ ਨਾ, ਵਾਦ ਵਿਵਾਦ ਵੀ ਕਿ ਤੂੰ ਸਾਡੀ ਇੱਦਾਂ ਵਡਿਆਈ ਕਿਉਂ ਕਰਦਾ,
ਕਹਿੰਦੇ ਗੱਲਾਂ ਤਾਂ ਵੀ ਲੋਕਾਂ ਨੇ ਕਰੀ ਜਾਣੀਆਂ ਨੇ, ਇਹ ਗੱਲਾਂ ਵੱਲ ਧਿਆਨ ਨਾ ਦਿਓ। ਕਹਿੰਦੇ ਜਦੋਂ ਹਾਥੀ ਤੁਰਦਾ ਨਾ ਤੇ ਕੁੱਤੇ ਭੌਂਕਦੇ ਨੇ, ਆਖੋ ਧੰਨ ਗੁਰੂ ਰਾਮਦਾਸ ਜੀ। ਜਦੋਂ ਹਾਥੀ ਤੁਰਦਾ ਤੇ ਕੁੱਤੇ ਭੌਂਕਦੇ ਨੇ, ਪਰ ਹਾਥੀ ਆਪਣੀ ਮਸਤ ਚਾਲ ਚੱਲਦਾ ਰਹਿੰਦਾ ਚੱਲਦਾ ਰਹਿੰਦਾ, ਕੁੱਤਿਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ। ਬਸ ਇਸੇ ਤਰ੍ਹਾਂ ਕਹਿੰਦੇ ਜਿਹੜੇ ਤੁਹਾਡੀ ਕੋਈ ਨਿੰਦਿਆ ਕਰਦੇ ਨੇ, ਤੁਹਾਡੀ ਕੋਈ ਬੁਰਿਆਈ ਕਰਦੇ ਨੇ ਨਾ, ਤੁਸੀਂ ਆਪਣੀ ਮਸਤ ਚਾਲ ਚੱਲਦੇ ਰਹੋ, ਇਹਨਾਂ ਦੀਆਂ ਬੁਰਿਆਈਆਂ ਵੱਲ ਧਿਆਨ ਨਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪਣੀ ਤਰੱਕੀ ਵੱਲ ਵੇਖੋ, ਆਪਣੀ ਤਰੱਕੀ ਵੱਲ, ਆਪਣੇ ਆਪ ਨੂੰ ਕਿਵੇਂ ਉੱਪਰ ਚੁੱਕਣਾ ਉਹ ਚੀਜ਼ ਵੱਲ ਵੇਖੋ। ਲੋਕ ਕੀ ਕਹਿੰਦੇ ਨੇ ਇਹ ਗੱਲਾਂ ਵੱਲ ਧਿਆਨ ਨਹੀਂ ਦੇਣਾ। ਹੁਣ ਸੁਣਿਓ, ਕਿਉਂਕਿ ਇਹ ਸੱਚਾਈ ਹੈ। ਜ਼ਰੂਰੀ ਨਹੀਂ ਕਿ ਹਰ ਬੰਦਾ ਤੁਹਾਡੇ ਪਕਸ਼ ਵਿੱਚ ਹੋਵੇ, ਜ਼ਰੂਰੀ ਨਹੀਂ। ਹਾਂਜੀ, ਕਈ ਪਕਸ਼ ਵਿੱਚ ਹੋਣਗੇ ਤੇ ਕਈ ਵਿਪਕਸ਼ ਵਿੱਚ ਵੀ ਹੋਣਗੇ, ਵਿਰੋਧੀ ਵੀ ਹੋਣਗੇ। ਕਈਆਂ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗ ਰਹੀਆਂ, ਕਈਆਂ ਨੂੰ ਨਹੀਂ ਲੱਗ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਪਿਆਰਿਓ, ਜਿਹੜੇ ਤੁਹਾਡੇ ਨਾਲ ਮਤਭੇਦ ਰੱਖਦੇ ਨੇ ਨਾ, ਉਹ ਤੁਹਾਡੀਆਂ ਬੁਰਿਆਈਆਂ ਵੀ ਕਰਨਗੇ, ਤੁਹਾਡੀਆਂ ਪਰੇਸ਼ਾਨੀਆਂ ਵੀ ਵਧਾਉਣਗੇ। ਪਰ ਮੇਰੀ ਬੇਨਤੀ ਏ, ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਆਪਣੀ ਤਰੱਕੀ, ਅੰਮ੍ਰਿਤ ਵੇਲਾ, ਪਾਣੀ, ਬਾਣਾ, ਨਿਤਨੇਮ, ਆਪਣੀਆਂ ਆਹ ਚੀਜ਼ਾਂ ਵੱਲ ਧਿਆਨ ਦਿਓ ਕਿ ਤੁਸੀਂ ਅੱਗੇ ਕਿਵੇਂ ਵਧਣਾ। ਜਿਹੜੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਦੀ ਤਰੱਕੀ ਕਿਵੇਂ ਹੋਵੇ, ਉਹ ਕਿਵੇਂ ਅਧਿਆਤਮਿਕਤਾ ਦੇ ਮਾਰਗ ਤੇ ਅੱਗੇ ਵਧਣ, ਇਹ ਚੀਜ਼ਾਂ ਵੱਲ ਧਿਆਨ ਦਿਓ। ਲੋਕ ਕੀ ਕਹਿੰਦੇ ਨੇ, ਕੀ ਨਿੰਦਿਆ ਕਰਦੇ ਨੇ, ਕੀ ਤੁਹਾਡੀ ਸਿਫਤ ਕਰਦੇ ਨੇ, ਇਹ ਚੀਜ਼ਾਂ ਵੱਲ ਬਿਲਕੁਲ ਵੀ ਧਿਆਨ ਨਾ ਦਿਓ। ਕੁੱਤੇ ਭੌਂਕਦੇ ਨੇ, ਭੌਂਕਦੇ ਰਹਿਣ, ਤੋਂ ਹਾਥੀ ਦੀ ਮਸਤ ਚਾਲ ਚੱਲਦਾ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਜ ਗੁਰੂ ਅਮਰਦਾਸ ਪਾਤਸ਼ਾਹ ਸਾਈਂ ਦੇ ਵੱਡੇ ਦਿਨ ਦੇ ਉੱਤੇ ਇਹ ਪਹਿਲਾ ਸਬਕ, ਪਹਿਲਾ ਲੈਸਨ ਲੈ ਕੇ ਜਾਣਾ। ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਦੀ। ਜੇ ਦਾਸੂ ਤੇ ਦਾਤੂ ਜੀ ਲੱਤ ਮਾਰਦੇ ਨੇ ਨਾ, ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਲੱਤ, ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਦੇ ਪੈਰ ਫੜ ਲੈਂਦੇ ਨੇ, ਉਹਨਾਂ ਦੇ ਪੈਰ ਘੁੱਟਣ ਲੱਗ ਪਏ। ਕਹਿੰਦੇ ਜੀ ਮੇਰੀਆਂ ਹੱਡੀਆਂ ਬੜੀਆਂ ਸਖਤ ਨੇ, ਮੈਂ ਬਜ਼ੁਰਗ ਹੋ ਗਿਆ, ਕਿਤੇ ਤੁਹਾਡੇ ਕੋਲੇ ਜੇ ਚਰਨਾਂ ਨੂੰ ਕੋਈ ਚੋਟ ਤੇ ਨਹੀਂ ਵੱਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੁਰਿਆਈ ਕਰਨ ਵਾਲੇ ਦੀ ਬੁਰਿਆਈ ਵੱਲ ਧਿਆਨ ਨਹੀਂ ਦਿੱਤਾ। ਬਸ ਅੱਜ ਆਹ ਵੱਡੀ ਚੀਜ਼ ਸਿੱਖ ਕੇ ਜਾਇਓ, ਵੱਡੀ ਚੀਜ਼। ਬੜੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਏਗਾ, ਬੜੀਆਂ ਟੈਨਸ਼ਨਾਂ ਦਾ ਹੱਲ ਹੋ ਜਾਏਗਾ। ਨਹੀਂ ਤੇ ਸਾਡੀਆਂ ਅੱਧੀਆਂ ਟੈਨਸ਼ਨਾਂ ਇਸੇ ਕਰਕੇ, ਲੋਕੀ ਕੀ ਕਹਿਣਗੇ, ਲੋਕ ਕੀ ਸੋਚਣਗੇ, ਹਾਏ ਜੇ ਮੈਂ ਆਹ ਕਰ ਲਿਆ, ਲੋਕ ਕੀ। ਆਹ ਚੀਜ਼ਾਂ ਵੱਲ ਧਿਆਨ ਨਾ ਦਿਓ, ਇਹ ਜ਼ਰੂਰ ਸੋਚੋ ਜਿਹੜਾ ਕੰਮ ਮੈਂ ਕਰ ਰਿਹਾ ਮੇਰਾ ਮਾਲਕ ਕੀ ਸੋਚੇਗਾ, ਬਸ ਉਹ ਚੀਜ਼ ਵੇਖਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨੇ। ਸੁਣਿਓ ਧਿਆਨ ਨਾਲ। ਇੱਕ ਚਿੜੀ ਨੇ ਸ਼ਿਕਾਇਤ ਕੀਤੀ ਪਰਮੇਸ਼ਰ ਦੇ ਕੋਲ। ਗੱਲ ਸੁਣਨ ਵਾਲੀ ਜੀ, ਚਿੜੀ ਨੇ ਸ਼ਿਕਾਇਤ ਕੀਤੀ ਪਰਮੇਸ਼ਰ ਦੇ ਕੋਲ ਕਿ ਕਹਿੰਦੀ ਮੈਂ ਆਪਣੀ ਬੜੀ ਮਿਹਨਤ ਲਾ ਕੇ ਆਪਣਾ ਆਲਣਾ ਬਣਾਇਆ ਸੀ, ਪਰ ਪਰਮੇਸ਼ਰ ਨੂੰ ਬੜੀ ਤੇਜ਼ੀ ਨਾਲ ਤੂਫਾਨ ਭੇਜ ਦਿੱਤਾ। ਤੂਫਾਨ ਆਇਆ ਤੇ ਮੇਰਾ ਜਿਹੜਾ ਘੌਂਸਲਾ ਸੀ, ਮੇਰਾ ਜਿਹੜਾ ਆਲਣਾ ਸੀ, ਉਹ ਸਾਰੇ ਦਾ ਸਾਰਾ ਮੇਰਾ ਘਰ ਉੱਜੜ ਗਿਆ। ਪਰਮੇਸ਼ਰ ਇਹ ਚੰਗਾ ਨਹੀਂ ਕੀਤਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਚਿੜੀ ਕੀ ਕਹਿੰਦੀ,
ਮੈਂ ਆਪਣੀ ਬੜੀ ਮਿਹਨਤ ਕਰਕੇ ਆਪਣਾ ਆਲਣਾ ਬਣਾਇਆ ਰਹਿਣ ਵਾਸਤੇ, ਪਰ ਤੁਸੀਂ ਤੂਫਾਨ ਭੇਜ ਦਿੱਤਾ। ਤੂਫਾਨ ਦੇ ਨਾਲ ਮੇਰਾ ਘਰ ਉੱਜੜ ਗਿਆ, ਮੇਰਾ ਆਲਣਾ ਉੱਜੜ ਗਿਆ। ਤੇ ਉਸ ਵੇਲੇ ਪਰਮੇਸ਼ਰ ਦੀ ਆਵਾਜ਼ ਆਈ, ਉਹ ਚਿੜੀਏ, ਉਹ ਚਿੜੀਏ, ਤੇਰੇ ਆਲਣੇ ਦੇ ਵਿੱਚ ਸੱਪ ਆਇਆ ਸੀ, ਤੈਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ, ਇਸ ਕਰਕੇ ਮੈਂ ਤੂਫਾਨ ਭੇਜ ਕੇ ਤੇਰਾ ਜਿਹੜਾ ਆਲਣਾ ਉਹ ਉਡਾ ਦਿੱਤਾ। ਕੱਲਾ ਆਲਣਾ ਨਹੀਂ ਉੱਡਿਆ, ਤੂਫਾਨ ਤੇਜ਼ੀ ਨਾਲ ਆਇਆ, ਤੂੰ ਤੇ ਉੱਡ ਕੇ ਆਪਣੀ ਜਾਨ ਬਚਾ ਲਈ, ਪਰ ਜਦੋਂ ਤੂਫਾਨ ਤੇਜ਼ੀ ਨਾਲ ਆਇਆ ਉਹ ਆਲਣੇ ਦੇ ਨਾਲ ਸੱਪ ਵੀ ਥੱਲੇ ਡਿੱਗ ਪਿਆ। ਤੇ ਜੇ ਕਿਤੇ ਮੈਂ ਤੂਫਾਨ ਨਾ ਲਿਆਉਂਦਾ, ਉਸ ਸੱਪ ਨੇ ਤੈਨੂੰ ਖਾ ਲੈਣਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਤੂਫਾਨ ਇਸ ਕਰਕੇ ਭੇਜਿਆ ਕਿ ਤੂੰ ਜਾਗ ਜਾ ਤੇ ਉੱਡ ਤੇ ਆਪਣੀ ਜਾਨ ਬਚਾ, ਤੇਰੀ ਜਾਨ ਸੁਰੱਖਿਅਤ ਰਵੇ, ਤਾਂ ਕਰਕੇ ਮੈਂ ਤੂਫਾਨ ਲਿਆਉਂਦਾ ਸੀ। ਤਾਂ ਕਰਕੇ ਇਹ ਮੇਰੀ ਬੇਨਤੀ ਏ, ਸਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਬੜੀਆਂ ਮੁਸੀਬਤਾਂ ਆ ਜਾਂਦੀਆਂ ਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਪਰਮੇਸ਼ਰ ਸਾਨੂੰ ਇਸ ਤੋਂ ਵੀ ਕਈ ਗੁਣਾ ਕਿਹੜੀ ਵੱਡੀ ਮੁਸੀਬਤ ਤੋਂ ਬਚਾ ਰਿਹਾ ਹੁੰਦਾ ਹੈ। ਹਾਂਜੀ ਹਾਂਜੀ, ਸੱਚਾਈ ਹੈ। ਕਈ ਵਾਰੀ ਬੰਦਾ ਕਹਿੰਦਾ ਹਾਏ ਮੇਰੀ ਜ਼ਿੰਦਗੀ 'ਚ ਆਹ ਦੁੱਖ ਆ ਗਿਆ, ਆਹ ਕਸ਼ਟ ਆ ਗਿਆ, ਪਤਾ ਨਹੀਂ ਕਿੰਨੇ ਸਾਲਾਂ ਦਾ ਕਸ਼ਟ ਹੈ ਜਿਹੜਾ ਪਰਮੇਸ਼ਰ ਕਈ ਮਹੀਨਿਆਂ 'ਚ ਕੱਟਣ ਲੱਗਾ ਤੇਰਾ, ਕੁਝ ਮਹੀਨਿਆਂ 'ਚ ਕੱਟਣ ਲੱਗਾ, ਪਤਾ ਨਹੀਂ ਕਿੰਨੇ ਮਹੀਨਿਆਂ ਦਾ ਕਸ਼ਟ ਹੈ, ਪਤਾ ਨਹੀਂ ਉਹ ਕਿਰਪਾ ਦਾ ਖਾਤਾ ਖੋਲ ਕੇ ਦਿਨਾਂ 'ਚ ਕੱਟਣ ਲੱਗਾ। ਪਰ ਅਸੀਂ ਕਈ ਵਾਰੀ ਸੋਚਦੇ ਹਾਂ ਹਾਏ ਮੇਰੀ ਲਾਈਫ ਦੇ ਵਿੱਚ ਇਹ ਮੁਸੀਬਤਾਂ ਆਈ ਜਾ ਰਹੀਆਂ ਨੇ, ਪਰ ਗੌਰ ਕਰਿਓ ਜਿਹੜੀਆਂ ਮੁਸੀਬਤਾਂ ਆ ਰਹੀਆਂ ਨੇ ਨਾ, ਆਪਣੇ ਅੰਦਰ ਭਰੋਸਾ ਰੱਖਿਓ, ਪਤਾ ਨਹੀਂ ਪਰਮੇਸ਼ਰ ਕਿਹੜੀਆਂ ਇਹਨਾਂ ਤੋਂ ਵੱਡੀਆਂ ਮੁਸੀਬਤਾਂ ਤੋਂ ਸਾਨੂੰ ਬਚਾਉਣ ਦੀ ਪਲੈਨਿੰਗ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜੇ ਉਹ ਮੁਸੀਬਤਾਂ ਲਿਆ ਰਿਹਾ ਨਾ, ਤੇ ਮੁਸੀਬਤਾਂ ਤੋਂ ਪਾਰ ਲੰਘਾਉਣ ਦੀ ਵੀ ਪਾਵਰ ਹੈ ਉਹਦੇ ਕੋਲ, ਉਹਦੇ ਕੋਲ। ਟੈਨਸ਼ਨਾਂ ਨਾ ਰੱਖੀਏ ਦਿਮਾਗ ਦੇ ਉੱਤੇ। ਜੇ ਚਿੜੀ ਦਾ ਆਲਣਾ ਉੱਡਿਆ ਨਾ, ਚਿੜੀ ਨੇ ਰੋਸਾ ਕੀਤਾ ਮੇਰਾ ਆਲਣਾ ਉੱਜੜ ਗਿਆ, ਮੇਰਾ ਘਰ ਉੱਜੜ ਗਿਆ, ਪਰ ਜਦੋਂ ਇੰਨੀ ਚੀਜ਼ ਦਾ ਪਤਾ ਲੱਗਾ ਕਿ ਉਹਦੇ ਵਿੱਚ ਤੇ ਸੱਪ ਸੀ, ਉਹਨੇ ਮੈਨੂੰ ਖਾ ਲੈਣਾ ਸੀ, ਫਿਰ ਉਹ ਹੀ ਚਿੜੀ ਕਿਲਾ ਕਰਨ ਦੀ ਬਜਾਏ ਸ਼ੁਕਰਾਨਾ ਕਰਨ ਲੱਗ ਪਈ ਜੀ। ਜਦੋਂ ਸਾਨੂੰ ਵੀ ਪਤਾ ਲੱਗ ਜਾਏ ਨਾ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਕਸ਼ਟ ਆ ਥੋੜੇ ਜਿਹੇ ਮਿੰਟਾਂ ਵਿੱਚ, ਥੋੜੇ ਜਿਹੇ ਮਹੀਨਿਆਂ ਵਿੱਚ, ਥੋੜੇ ਜਿਹੇ ਹਫ਼ਤਿਆਂ ਵਿੱਚ ਗੁਰੂ ਨੇ ਟਾਲ ਦੇਣਾ ਸਾਲਾਂ ਦਾ ਕਸ਼ਟ, ਫਿਰ ਸੱਚੀ ਗੱਲ ਏ ਅਸੀਂ ਵੀ ਫਿਰ ਗਿਲੇ ਸ਼ਿਕਵੇ ਨਹੀਂ ਕਰਾਂਗੇ, ਅਸੀਂ ਫਿਰ ਕਵਾਂਗੇ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਸਾਰੇ ਬੋਲੋ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਆਪ ਸਭਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 624 625 ਨੰਬਰ ਅੰਗ ਦੇ ਉੱਤੇ ਦਰਜ, ਹਰ ਜੀਓ ਨਿਮਾਣਿਆਂ ਤੋਂ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਸਾਰੀ ਸੰਗਤ ਪਿਆਰ ਨਾਲ ਕਿਰਪਾ ਕਰਿਓ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਵਡਿਆਈਆਂ ਸਭ ਨੇ ਰਲ ਕੇ ਕਰਨੀਆਂ। ਮੈਂ ਫਿਰ ਬੇਨਤੀ ਕਰਦਾ, ਅੰਦਰ ਬਾਹਰ ਹੁਣ ਬਹਿਣ ਦੀ ਥਾਂ ਕਿਤੇ ਵੀ ਨਹੀਂ,
ਤੇ ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾਂ ਅਜੇ ਵੱਡੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਗੋਡੇ ਠਾਓ, ਸੰਗਤ ਨੂੰ ਭਾਓ, ਬਾਹਰ ਬਹਿ ਜੇ ਸੰਗਤ, ਅੰਦਰ ਬਹਿ ਜੇ, ਜਿੱਥੇ ਵੀ ਐਡਜਸਟ ਹੁੰਦਾ ਹੈ ਉੱਥੇ ਕਰੀ ਚੱਲੋ। ਉੱਪਰ ਵੀ ਮੈਂ ਵੇਖ ਰਿਹਾ ਸੰਗਤਾਂ ਬਹਿ ਚੁੱਕੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ, ਤੇ ਹੁਣ ਜਿੱਥੇ ਜਿੱਥੇ ਜਗ੍ਹਾ ਮਿਲੇ ਉੱਥੇ ਉੱਥੇ ਬਸ ਆਨੰਦ ਲਓ ਗੁਰੂ ਜੀ ਦੀ ਮਿਹਰ ਦੇ ਨਾਲ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਅਜੇ ਤੱਕ ਜੇ ਸ਼ੇਅਰ ਨਹੀਂ ਕੀਤਾ ਪ੍ਰੋਗਰਾਮ ਕਰਦੇ ਹੋ, ਆਓ ਜੀ ਬੜੇ ਪਿਆਰ 'ਚ ਹਾਜ਼ਰੀ ਲਾਓ। ਹਰ ਜੀਓ ਨਿਮਾਣਿਆ ਤੂੰ ਮਾਣ, ਹਰ ਜੀਓ ਤੇਰੀ ਕੁਦਰਤ ਕੋ
Thank you.
ਕਿ ਗਰਮੀ ਬਹੁਤ ਹੈ, ਸਭ ਨੂੰ ਪਤਾ। ਇੱਕ ਜਿਹੜੇ ਕੂਲਰ ਲੱਗੇ ਨੇ ਅਸੀਂ ਕਿਰਾਏ ਤੇ ਮੰਗਵਾਉਂਦੇ ਹਾਂ, ਤੇ ਮੇਰੇ ਮਨ ਦੀ ਭਾਵਨਾ ਬਣੀ 12 ਕੁ ਕੂਲਰਾਂ ਦੀ ਸਾਨੂੰ ਲੋੜ ਹੈ, ਵੱਡੇ ਕੂਲਰ। ਤੇ ਇਹ ਤਕਰੀਬਨ 25 ਤੋਂ 28 ਹਜ਼ਾਰ ਦੇ ਵਿੱਚ ਵਿੱਚ ਇੱਕ ਕੂਲਰ ਆਉਂਦਾ। ਕਹਿਣ ਨੂੰ ਆਉਂਦਾ ਜੀ 10 ਕੂਲਰ ਬਣ ਜਾਂਦਾ 2.5-3 ਲੱਖ ਬਿੱਲ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਜਿਹੜੇ ਤੁਸੀਂ ਲਾਈਵ ਵੀ ਸੁਣ ਰਹੇ ਹੋ, ਇੱਕ ਕੂਲਰ ਦੀ 2 ਕੂਲਰਾਂ ਦੀ ਸੇਵਾ ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਕੋਈ ਕਰਨੀ ਚਾਹੇ। ਸਕੈਨ ਕੋਡ ਚੱਲਦੇ ਆ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੇ ਉੱਤੇ। ਤੁਸੀਂ ਆਪਣੀ ਸੇਵਾ ਪਾ ਕੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਸੰਪਰਕ ਕਰ ਲੈਣਾ, ਤਾਂ ਜੋ ਰਸੀਦ ਸਤਿਕਾਰ ਤੁਹਾਨੂੰ ਭੇਜਿਆ ਜਾਵੇ। ਕਈ ਵਾਰੀ QR ਕੋਡ ਦੇ ਵਿੱਚ ਨਾ ਸੇਵਾ ਪਾਉਣ ਲੱਗਿਆਂ ਕਿਸੇ ਵੇਲੇ ਦਿੱਕਤ ਆ ਜਾਂਦੀ, 1000 ਰੁਪਏ ਤੋਂ ਵੱਧ ਨਹੀਂ ਪੈਂਦੀ। ਮੰਨ ਲਓ ਇੱਕ ਕੂਲਰ ਦੀ ਸੇਵਾ ਕਰਨੀ, ਉਹ 2 ਮਿੰਟ ਹੱਦ 3 ਮਿੰਟ ਤੁਹਾਨੂੰ ਲੱਗਣੇ ਨੇ, ਉਹ ਤੁਹਾਨੂੰ ਉਹ ਜਿਹੜਾ ਸਕੈਨ 25 ਵਾਰੀ ਕਰਨਾ ਪੈਣਾ ਹੈ, 2 ਮਿੰਟ ਦਾ ਕੰਮ। 1000 ਤੋਂ ਕਈ ਵਾਰੀ ਵੱਧ ਸੇਵਾ ਨਹੀਂ ਉਹ ਲੈਂਦਾ, ਜੋ QR ਕੋਡ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਵੇਲੇ। ਤੇ ਕੋਈ ਪ੍ਰੇਮੀ ਇੱਕ ਕੂਲਰ ਦੀ, 2 ਕੂਲਰਾਂ ਦੀ, ਅਕਾਊਂਟ ਡਿਟੇਲ ਵੀ ਤੁਹਾਡੇ ਸਾਰਿਆਂ ਕੋਲ ਮੌਜੂਦ ਹੈ, ਉਹਨਾਂ 'ਚ ਪਾ ਦਿਓ। ਭਾਵੇਂ ਬਾਹਰ ਸਾਡਾ ਸਿੰਘ ਬੈਠਾ ਹੁੰਦਾ ਅੰਗਰੇਜ਼ ਸਿੰਘ, ਉਹਨੂੰ ਸੇਵਾ ਦੇ ਕੇ ਰਸੀਦ ਲੈ ਲਓ, ਜਿਵੇਂ ਤੁਹਾਡਾ ਦਿਲ ਕਰੇ ਅੱਜ, ਭਾਵੇਂ ਕੱਲ੍ਹ, ਜਦੋਂ ਮਰਜ਼ੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਵਿੱਚ ਆਪਣੀ ਭੇਜ ਦੇਣਾ, ਤਾਂ ਜੋ ਇੱਕ 10-12 ਕੂਲਰ ਜਿਹੜੇ ਆਉਣੇ ਨੇ, ਕਹਿਣ 'ਚ ਆ ਜਾਂਦਾ ਪਰ ਖਰਚਾ ਵੱਡਾ ਹੋ ਜਾਂਦਾ, ਅਤੇ ਇਹ ਗੱਲ ਮਿਲ ਕੇ ਸਾਰੇ ਕਰ ਲੈਂਦੇ ਨੇ, ਉਹਦੇ ਨਾਲ ਸਾਨੂੰ ਥੋੜ੍ਹੀ ਸੌਖ ਹੋ ਜਾਂਦੀ। ਅਤੇ ਜੇ ਮੰਨ ਲਓ ਤੁਹਾਡੀ ਇੰਨੀ ਸਮਰੱਥਾ ਨਹੀਂ, ਭਾਵੇਂ ਥੋੜ੍ਹਾ ਹਿੱਸਾ ਪਾ ਦੇਣਾ, ਕਿਉਂਕਿ ਸੰਗਤ ਨੇ ਇਹ ਗਰਮੀਆਂ ਦੇ ਵਿੱਚ ਕੂਲਰਾਂ ਦੇ ਥੱਲੇ ਜਦੋਂ ਇਹਨਾਂ ਨੂੰ ਠੰਡੀ ਹਵਾ ਪਹੁੰਚਣੀ ਹੈ, ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਗਰਮ ਹਵਾਵਾਂ ਬਾਬਾ ਦੀਪ ਸਿੰਘ ਨੇ ਤੁਹਾਡੀ ਲਾਈਫ 'ਚੋਂ ਕੱਟ ਦੇਣੀਆਂ ਨੇ। ਇਹ ਤਾਂ ਬਾਬਾ ਜਾਣਦਾ, ਆਖੋ ਧੰਨ ਬਾਬਾ। ਜਿਹੜੇ ਜਿਹੜੇ ਤੁਸੀਂ ਸੇਵਾ ਕਰੋਗੇ, ਸੰਗਤ ਨੂੰ ਠੰਡਕ ਪਹੁੰਚੇ, ਤੁਹਾਡੇ ਬੱਚਿਆਂ ਨੂੰ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਆਲੇ ਦੀ ਲੱਗ ਜਾਣੀ, ਤੁਹਾਡੇ ਘਰਾਂ ਵਿੱਚ ਠੰਡਕ ਪਹੁੰਚਾਉਣ ਦੀ ਜ਼ਿੰਮੇਵਾਰੀ ਖੰਡੇਆਲੇ ਦੀ ਲੱਗ ਜਾਣੀ। ਅਤੇ ਇਹ ਮੇਰੀ ਬੇਨਤੀ, ਪ੍ਰਵਾਨ ਜ਼ਰੂਰ ਕਰਿਓ। ਜਿਹੜਾ ਸਕੈਨ ਕੋਡ ਚੱਲ ਰਿਹਾ ਉਹਦੇ ਰਾਹੀਂ ਭਾਵੇਂ ਸੇਵਾ, ਭਾਵੇਂ ਅਕਾਊਂਟ ਦੇ ਵਿੱਚ ਸੇਵਾ ਪਾ ਕੇ, ਅਤੇ ਤੁਸੀਂ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਦੱਸਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ
ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ ਦੋ ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ,
ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀ ਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀ ਵੀ ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 98759909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀ ਵੀ ਸਕਰੀਨ 'ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 98759909004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਜੀ।
ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ 'ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ 'ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।